হোমল্যান্ড সিকিউরিটি আমেরিকা ਨੇ 116 ਚੀਨੀ ਪ੍ਰਵਾਸੀਆਂ ਨੂੰ ਕੀਤਾ ਰਿਪੋਰਟ ਪੇਸ਼ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ হোমল্যান্ড সিকিউরিটি ਦਾ ਕਹਿਣਾ ਹੈ ਕਿ ਉਸਨੇ 5 ਸਾਲਾਂ ਵਿੱਚ ਪਹਿਲੀ ਵੱਡੀ ਚਾਰ ਉਡਾਨ ਵਿੱਚ ਯੂਐਸ ਤੋਂ 116 ਚੀਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਇੱਕ ਕਾਰਵਾਈ ਹਫਤੇ ਦੇ ਅੰਤ ਵਿੱਚ ਉਦੋਂ ਹੋਈ ਜਦੋਂ ਆਉਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਚੀਨੀ ਇਮੀਗ੍ਰੇਸ਼ਨ ਦਾ ਮੁੱਦਾ ਤਿੱਖੀ ਸਿਆਸੀ ਬਹਿਸ ਦਾ ਵਿਸ਼ਾ ਬਣ ਗਿਆ ਹੈ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਜਾਰੀ ਰੱਖਾਂਗੇ ਅਤੇ ਯੂਐਸ ਵਿੱਚ ਰਹਿਣ ਲਈ ਕਾਨੂੰਨੀ ਆਧਾਰ ਤੋਂ ਬਿਨਾਂ ਵਿਅਕਤੀਆਂ ਨੂੰ ਹਟਾਉਣਾ ਜਾਰੀ ਹੀ ਰੱਖਾਂਗੇ ਵਿਭਾਗ ਨੇ ਕਿਹਾ ਕਿ ਉਹ ਅਨਿਯਮਿਤ ਪ੍ਰਵਾਸ ਨੂੰ ਹਟਾਉਣ ਅਤੇ ਰੋਕਥਾਮ ਕਰਨ ਲਈ ਕਾਨੂੰਨ ਲਾਗੂ ਕਰਨ ਦੇ ਵਿੱਚ ਨਵੀਂ ਨੀਤੀ ਲੈ ਕੇ ਆ ਰਹੇ ਨੇ। ਉਹਨਾਂ ਕਿਹਾ ਕਿ ਚੀਨ ਨਾਲ ਕੰਮ ਕਰਨ ਜਾ ਰਹੇ ਆਂ ਪਰ ਆਪਣੀ ਮਨੁੱਖੀ ਤਸਕਰੀ ਰੋਕਣ ਲਈ ਚੀਨ ਨਾਲ ਕੰਮ ਨਹੀਂ ਕਰਾਂਗੇ। ਹਾਲੀ ਸਾਲ ਵਿੱਚ ਯੂਐਸ ਨੂੰ ਚੀਨੀ ਨਾਗਰਿਕਾਂ ਨੂੰ ਵਾਪਸ ਭੇਜਣ ਵਿੱਚ ਮੁਸ਼ਕਲ ਆਈ ਹੈ। ਜਿਨ੍ਹਾਂ ਲੋਕਾਂ ਨੇ ਅਮਰੀਕਾ ਵਿੱਚ ਰਹਿਣ ਦਾ ਅਧਿਕਾਰ ਵੀ ਨਹੀਂ ਹੈ ਕਿਉਂਕਿ ਚੀਨ ਨੇ ਉਹਨਾਂ ਨੂੰ ਵਾਪਸ ਲੈਣ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਮਨੁੱਖੀ ਤਸਕਰੀ ਦਾ ਕਿਸੇ ਤਰ੍ਹਾਂ ਦਾ ਵੀ ਇੱਥੇ ਕੋਈ ਕੰਮ ਨਹੀਂ ਹੈ। ਉਨਾ ਕਿਹਾ ਕਿ ਇੱਥੇ ਸਿਰਫ ਉਹੀ ਲੋਕ ਰਹਿ ਸਕਦੇ ਨੇ ਜੋ ਦੂਸਰਿਆਂ ਦੀ ਵੀ ਸੁਰੱਖਿਆ ਦਾ ਖਿਆਲ ਰੱਖਣ ਜੇਕਰ ਦੂਸਰਿਆਂ ਦੀ ਸੁਰੱਖਿਆ ਵਿੱਚ ਕਿਤੇ ਵੀ ਛੋਟੀ ਜਿਹੀ ਅਚੂਕ ਹੁੰਦੀ ਹੈ ਤਾਂ ਉਸ ਨੂੰ ਆਪਣੇ ਇਥੋਂ ਦੇਸ਼ ਤੋਂ ਵਾਪਸ ਜਾਣਾ ਪਵੇਗਾ